ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇਕਾਉਂਕਾਰ ਸਤਗੁਰ ਪ੍ਰਸਾਦ ਵੇਦਕ ਤੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਵੇਦਕ ਤੇਵ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਕਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਿਹਰ ਮੇਲਾ दस्तगिरी नाहे रहाओ दरोग पढ़ पढ़ खुशी होए बेखबर बाद बकाहे हक सच खालक खलक म्याने श्याम मूरत नाहे आसमान आने लहंग दरिया गुसल कर दन बूद कर फकर दायम लाए चश्मे जह तहा मौजूद अल्लाह पाकम पाक है सक करो ज दूसर होए कबीर करम करीम का ਓਹੋ ਕਰੇ ਜਾਣੇ ਸੋਏ ਅਲਹਾ ਪਾਕੰ ਪਾਕ ਹੈ ਸਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਓਹੋ ਕਰੇ ਜਾਣੇ ਸੋਏ ਵਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੇ ਲੰਗ ਬਾਣੀ ਭਗਤਾਂ ਕੀ ਕਬੀਰ ਜੀ ਏਕ ਓੰਕਾਰ ਸਤਿਗੁਰ ਪ੍ਰਸਾਦਿ ਏ ਭਾਈ ਵਾਦ-ਵਿਵਾਦ ਦੇ ਕਾਤਰ ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵੱਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸ਼ਾਂਤ ਦੂਰ ਨਹੀਂ ਹੁੰਦਾ। ਏ ਭਾਈ ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਹੀ ਟਿਕਾਓ ਤਾਂ ਤੁਹਾਨੂੰ ਸਭਨਾ ਵਿੱਚ ਹੀ ਰੱਬ ਵੱਸਦਾ ਦੇਸੀਗਾ। ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ। ਏ ਭਾਈ ਆਪਣੇ ਹੀ ਦਿਨ ਨੂੰ ਹਰ ਰੋਇ ਖੋਜ ਬਹਿਸ ਮੁਹਾਵਸੇ ਦੀ ਘਬਰਾਹਟ ਵਿੱਚ ਨਾ ਭਟਕ ਇਹ ਜਗਤ ਇੱਕ ਜਾਦੂ ਜਿਹਾ ਹੈ ਇੱਕ ਤਮਾਸ਼ਾ ਜਿਹਾ ਹੈ ਇਸ ਵਿੱਚੋਂ ਇਸ ਵਿਅਰਥ ਵਾਦ ਵਿਵਾਦ ਦੇ ਰਾਹੀਂ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ਰਹਾਉ ਬੇਸਮਝ ਲੋਕ ਅਨਮਤਾਂ ਦੇ ਧਰਮ ਪੁਸਤਕਾਂ ਬਾਰੇ ਇਹ ਪੜ ਪੜ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਝੂਠ ਹੈ ਖੁਸ਼ ਹੋ ਹੋ ਕੇ ਬਹਿਸ ਕਰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਕਲਕੱਤ ਵਿੱਚ ਵੀ ਵੱਸਦਾ ਹੈ। ਨਾ ਉਹ ਵਖਰੇ ਸਤਵੇਂ ਸਮਾਨ ਤੇ ਬੈਠਾ ਹੈ ਤੇ ਨਾ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ। ਸਤਵੇਂ ਸਮਾਨ ਦੇ ਵਿੱਚ ਬੈਠਾ ਸਮਝਣ ਦੇ ਥਾਂ ਹੈ ਭਾਈ ਉਹ ਪ੍ਰਭੂ ਰੂਪ ਦਰਿਆ ਤੇ ਅੰਤਰ ਹੈ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ। ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਉਸ ਦੀ ਸਦਾ ਬੰਦਗੀ ਕਰ اے ਭਗਤੀ ਦੀ ਐਨਕ ਲਾ ਕੇ ਵੇਖ ਉਹ ਹਰ ਥਾਂ ਮੌਜੂਦ ਹੈ ਰੱਬ ਸਭ ਤੋਂ ਪਵਿੱਤਰ ਹਸਤੀ ਹੈ ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ ਇਸ ਗੱਲ ਵਿੱਚ ਮੈਂ ਤਾਂ ਹੀ ਸੱਚ ਕਰਾਂ ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ اے ਕਬੀਰ ਇਸ ਪੇਜ ਨੂੰ ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ ਯੋਗ ਬਣਾਏ ਤੇ ਇਹ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਹੱਥ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ